사람이 많이 잡고. ਹਾਂਜੀ ਬਾਈ ਆ ਚੁੱਲੂ ਹਾਲ ਯਾਦਵਿੰਦਰ ਸਿੰਘ ਨੰਬਰਦਾਰ ਨੇ ਨਵੇਂ ਲਿਆਂਦੇ ਆ ਸੰਗਰੀਏ ਤੋਂ ਨੌ, ਜਿਹੜੀ ਕਿ ਅੱਜ ਕੱਲ੍ਹ ਜ਼ਮੀਨ ਡੂੰਘੀ ਵਾਹੁਣ ਵਾਸਤੇ ਮੰਗਵਾਏ ਹੈ ਅਤੇ ਬਹੁਤ ਹੀ ਪ੍ਰਫੁੱਲਿਤ ਹੋਣਗੇ ਜ਼ਮੀਨ ਵਾਹੁਣ ਵਾਸਤੇ। ਇਹ ਦੇਖੋ ਹੁਣੇ ਹੁਣੇ ਗੱਡੀ ਤੋਂ ਉਤਾਰ ਰਹੇ ਹੈ ਅਤੇ ਜਿਹਦੇ ਨਾਲ ਕਿ ਜ਼ਮੀਨ ਨੂੰ ਸੁੱਕਾ ਵਹਿ ਜਾਊਗਾ ਅਤੇ ਜ਼ਮੀਨ ਨੂੰ ਧੁੱਪ ਲੱਗੂਗੀ। ਅਤੇ ਦੇਖੋ ਤੁਸੀਂ ਕਿਸ ਤਰ੍ਹਾਂ ਹੁਣ ਇਹ ਲਾ ਰਹੇ ਆ, ਸਾਰੇ ਸੇਵ ਕਰਕੇ ਸਾਰੇ ਹੱਥ ਵਰਤੀ ਪਵਾ ਰਹੇ ਆ। ਦੇਖੋ ਜੀ ਹਾਂਜੀ ਹਾਂਜੀ, ਆ ਯਾਦਵਿੰਦਰ ਸਿੰਘ ਜੀ ਨੇ ਸੰਗਰੀਏ ਤੋਂ ਹਲ ਮੁਕਵਾਏ ਆ ਅਤੇ ਜਿਹੜੇ ਕਿ ਇਹ ਮਤਲਬ ਹੁਣ ਜ਼ਮੀਨ ਨੂੰ ਚੰਗੀ ਤਰ੍ਹਾਂ ਵਾਹੁਣ ਵਾਸਤੇ ਇਹ ਵਰਤੇ ਜਾਣਗੇ ਅਤੇ ਗਾਹ ਯਾਦਵਿੰਦਰ ਸਿੰਘ ਆਪਣੇ ਬਾਰੇ ਦੱਸਣਗੇ ਹੁਣ ਕਿਉਂ ਮੰਗਵਾਏ ਆ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ। ਲਓ ਜੀ ਆਪਣੇ ਹਾਲ ਆ ਗਏ ਜੀ ਸੰਗਰੀਏ ਤੋਂ ਭੂਰ ਵਾਲਿਆਂ ਦੇ, ਬਹੁਤ ਮਸ਼ਹੂਰ ਕੰਪਨੀ ਹੈ ਜੀ ਭੂਰ ਵਾਲੇ, ਅਤੇ ਸੱਤ ਹਾਲ ਆਪਣੇ ਸੱਤ ਬਣ ਗਏ ਨੌ ਜੀ, ਨੌ ਹਾਲ ਆ ਗਏ ਜੀ ਆਪਣੇ ਨਵੇਂ, ਬਹੁਤ ਹੈਵੀ ਫਰੇਮ ਹੈ, ਵਜ਼ਨ ਬਹੁਤ ਜ਼ਿਆਦਾ ਹੈ, ਤੂੰ ਵੇਖ ਹੀ ਲਿਆ ਤੁਸੀਂ ਟਰੈਕਟਰ ਨੇ ਚੱਕ ਕੇ ਕਿਵੇਂ ਲਾਏ ਆ, ਅਤੇ ਇਹਨਾਂ ਦੀਆਂ ਸੱਬਲਾਂ ਸੁੱਬਲਾਂ ਪਾ ਕੇ ਅਤੇ ਕਰਦੇ ਹਾਂ ਜੀ ਕਾਰਵਾਈ ਸ਼ੁਰੂ। ਅਤੇ ਧਰਤੀ ਕਹਿੰਦੇ ਜੀ ਪਾੜ ਪਾੜ ਕੇ ਸਿੱਟਦੇ ਹਲ, ਬਹੁਤ ਸੋਹਣੇ ਹਲ ਬਣੇ ਆ ਭੂਰ ਇੰਪਲੀਮੈਂਟ, ਇਹ ਸਾਰੀ ਦੁਨੀਆ ਤੁਸੀਂ ਜਾਣਦੇ ਹੋ ਜੀ ਭੂਰ ਇੰਪਲੀਮੈਂਟ ਵਾਲੇ ਜਿਹੜੇ ਪਹਿਲਾਂ ਵੀ ਦੋ ਸੈੱਟ ਆ ਚੁੱਕੇ ਆ ਚੁੱਕੇ ਸਾਡੇ। ਹਾਂ ਜੀ ਹਾਂ, ਪਹਿਲਾਂ ਵੀ ਭੂਰ ਵਾਲਿਆਂ ਦੇ ਦੋ ਸੈੱਟ ਆ ਚੁੱਕੇ ਆ ਜੀ, ਗੁਰਵਿੰਦਰ ਸਿੰਘ ਕੋਲ, ਸਾਡੇ ਬ੍ਰਦਰ ਕੋਲ, ਤਨਵੀਰ ਸਿੰਘ ਕੋਲ, ਉਹ ਸੱਤਾਂ ਵਾਲੇ ਸੈੱਟ ਆ, ਅਤੇ ਹੁਣ ਸਾਡੇ ਨੌਵਾਂ ਵਾਲੇ, ਇਹ ਆਪਣੇ 110 ਵਾਲਾ ਸੋਨਾਲੀਕਾ, ਉਹਦੇ ਵਾਸਤੇ ਸੈੱਟ ਇਹ ਆਪਾਂ ਸਪੈਸ਼ਲ ਮੰਗਵਾਇਆ ਜੀ, ਅਤੇ ਆਪਣੇ ਲੋਡਰ ਨਾਲ ਲਾਤਾ ਇੱਧਰ ਖੜ੍ਹੀ ਫੋਰਸ ਆਪਣੀ ਤਿਆਰ ਪਰ ਤਿਆਰ, ਹੁਣ ਪਾਉਣੇ ਸੱਬਲਾਂ ਸੁੱਬਲਾਂ, ਅਤੇ ਗੁਰਵਿੰਦਰ ਸਿੰਘ ਜੀ ਸਾਡੇ ਬ੍ਰਦਰ ਜੀ, ਅਤੇ ਉੱਧਰ ਬਾਈ ਚਾਹ ਪੀ ਰਿਹਾ ਆਟੋ ਵਾਲਾ, ਰੋਟੀ ਨਹੀਂ ਬਈ ਖਾਣੀ, ਲੈ ਗਿਆ ਬਾਈ, ਅਤੇ ਕਰਦੇ ਹਾਂ ਤਰੀ ਵੀਰੋ, ਤੁਹਾਨੂੰ ਦਿਖਾਉਣੇ ਆ ਡੈਮੋ, ਦਿਖਾਉਣੇ ਵੀਰੋ ਤੁਹਾਨੂੰ ਅਗਲੀ ਵੀਡੀਓ 'ਚ।